ਨਿਕਾਹ ਕਰੇ ਤਾਂ ਰਹਿੰਦਾ ਹੀ ਨਹੀਂ ਸੀ ਮੇਰੇ ਕੋਲੇ। ਅੱਛਾ ਜੀ, ਉਹ ਕਿਉਂ? ਮੈਂ ਬੇਦਖਲ ਕੀਤਾ ਸੀ। ਅੱਛਾ ਜੀ, ਮੈਂ ਕਿਹਾ ਤੂੰ ਸੁਧਰ ਦਾ ਬੱਚੇ, ਮੈਂ ਸੁਧਰ ਜੀ ਨੂੰ ਨਸ਼ਾ ਨੁਸ਼ਾ ਕਰਦਾ ਸੀ, ਤਸਵੀਰਾਂ ਦੇਖ ਰਹੇ ਹੋ ਤੁਸੀਂ। ਪਹਿਲਾਂ ਇੱਕ ਥੜੇ ਤੇ ਬੈਠੇ ਦੋਸਤ ਤਾਸ਼ ਖੇਡਦੇ ਸੀ। ਤਾਸ਼ ਖੇਡਦੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਦੇਖਦੇ ਹੀ ਦੇਖਦੇ ਖੂਨੀ ਝੜਪ ਹੋ ਗਈ ਤੇ ਦੋਸਤ ਦੋਸਤਾਂ ਨਾਲ ਲੜ ਪਏ ਤੇ ਇੱਕ ਮੁੰਡੇ ਨੂੰ ਜਾਨੋਂ ਮਾਰ ਦਿੱਤਾ। ਤਾਂ ਦੱਸ ਦਈਏ ਕਿ ਤਾਸ਼ ਖੇਡਦੇ ਲੜਾਈ ਹੋਈ ਹੈ ਤੇ ਇੱਕ ਮੁੰਡੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਹੈ। ਖੂਨੀ ਝੜਪ ਦੇ ਦੌਰਾਨ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਤੇ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਦੱਸਿਆ ਹੀ ਜਾ ਰਿਹਾ ਹੈ ਕਿ ਦਿਨ ਵੇਲੇ ਤਾਸ਼ ਖੇਡ ਰਹੇ ਸੀ ਤੇ ਮਾਮੂਲੀ ਗੱਲ ਪਿੱਛੇ ਇਹਨਾਂ ਦਾ ਝਗੜਾ ਹੋ ਗਿਆ। ਝਗੜੇ ਤੋਂ ਬਾਅਦ ਗੱਲ ਇੰਨੀ ਵੱਧ ਗਈ ਕਿ ਕੁਝ ਲੋਕਾਂ ਦੇ ਵੱਲੋਂ ਇੱਕ ਮੁੰਡੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਗਈ, ਜਿਸ ਤੋਂ ਬਾਅਦ ਮੁੰਡੇ ਦੀ ਮੌਤ ਹੋ ਗਈ ਹੈ। ਤਾਂ ਲੁਧਿਆਣਾ ਦੇ ਜਗਰਾਓਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਖੂਨੀ ਝੜਪ ਦੇ ਦੌਰਾਨ ਇੱਕ ਮੁੰਡੇ ਦੀ ਜਾਨ ਚਲੀ ਗਈ ਹੈ। ਤੇ ਦੱਸਿਆ ਇਹੀ ਜਾ ਰਿਹਾ ਹੈ ਕਿ ਤਾਸ਼ ਖੇਡਦੇ ਇਹ ਖੂਨੀ ਝੜਪ ਹੋਈ ਹੈ। ਪੂਰੀ ਵੀਡੀਓ ਦੇਖੋ ਕਿਵੇਂ ਇਹ ਪਹਿਲਾਂ ਸਾਰੇ ਬੈਠੇ ਤਾਸ਼ ਖੇਡ ਰਹੇ ਹੁੰਦੇ ਨੇ, ਫਿਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ। ਜਦੋਂ ਬਹਿਸਬਾਜ਼ੀ ਹੁੰਦੀ ਹੈ, ਕੁੱਟਮਾਰ ਹੁੰਦੀ ਹੈ, ਇੱਕ ਦੂਜੇ ਦੇ ਕੱਪੜੇ ਤੱਕ ਪਾੜ ਦਿੱਤੇ ਜਾਂਦੇ ਨੇ ਤੇ ਫਿਰ ਇੱਕ ਮੁੰਡੇ ਦੀ ਜਾਨ ਚਲੀ ਜਾਂਦੀ ਹੈ। ਹਾਲਾਂਕਿ ਪਹਿਲਾਂ ਇਹ ਮੁੰਡਾ ਬੇਸੁੱਧ ਹੋਇਆ ਹੇਠਾਂ ਡਿੱਗਦਾ ਹੈ, ਇੱਕ ਸ਼ਖਸ ਇਸ ਦੇ ਕੋਲ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਦੁਬਾਰਾ ਤੋਂ ਬੈਠਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ। ਤਾਂ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦੀ ਜਾਨ ਚਲੀ ਗਈ ਹੈ। ਉੱਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਦੀ ਗੱਲ ਆਖੀ ਜਾ ਰਹੀ ਹੈ। ਕੁਛ ਵੀ ਨਹੀਂ ਕਿਹਾ, ਘਰੇ ਤਾਂ ਰਹਿੰਦਾ ਹੀ ਨਹੀਂ ਸੀ ਮੇਰੇ ਕੋਲੇ। ਅੱਛਾ ਜੀ, ਉਹ ਕਿਉਂ? ਮੈਂ ਬੇਦਖਲ ਕੀਤਾ ਸੀ। ਅੱਛਾ ਜੀ, ਮੈਂ ਕਿਹਾ ਤੂੰ ਸੁਧਰ ਦਾ ਬੱਚੇ, ਮੈਂ ਸੁਧਰ ਜੀ ਨੂੰ ਨਸ਼ਾ ਨੁਸ਼ਾ ਕਰਦਾ ਸੀ, ਕੰਮ ਤੇ ਬੈਠਾ ਸੀਗਾ ਮੈਂ ਤਾਂ, ਕੰਮ ਕਰਨ ਲੱਗਾ ਸੀ ਜਦੋਂ ਇਹ ਮੁੰਡੇ ਮੇਰੇ ਕੋਲ ਪਹੁੰਚੇ ਆ। ਤੇ ਮੁੰਡੇ ਕੀ ਕਹਿੰਦੇ ਕਿ ਮਤਲਬ ਛੋਟੇ ਭਰਾ ਦੇ ਕੋਈ? ਹਾਂ, ਕਹਿੰਦੇ ਡੈਥ ਹੋ ਗਈ ਉਹਦੀ। ਅੱਛਾ, ਕੀ ਮਾਰਿਆ ਮੁਰਿਆ ਕੀ ਸੁਣਿਆ ਮੈਂ? ਕਹਿੰਦੇ ਕਰਚਾ ਕੁਰਚਾ ਮਾਰੀਆਂ ਇਹਨਾਂ ਨੇ। ਕਰਚਾ ਮਾਰੀਆਂ? ਅਜੇ ਪੂਰੀ ਗੱਲ ਪਤਾ ਨਹੀਂ ਲੱਗੀ ਵੀ ਕੀ ਹੋਈ ਹੈ। ਗੱਲ ਦਾ ਨਹੀਂ ਪਤਾ ਲੱਗਿਆ, ਆਪਾਂ ਤਾਂ ਇਨਸਾਫ ਚਾਹੀਦਾ ਵੀ ਜਿੰਨਾ ਵੀ ਛੇਤੀ ਹੋ ਸਕਦਾ ਇੰਨੇ ਸਾਹਮਣੇ। ਹੋਈ ਲੜਾਈ ਆ ਕੋਈ? ਲੜਾਈ ਹੋਈ ਇਹਨਾਂ ਦੀ ਲੱਗਦਾ। ਕੀ ਤੁਹਾਡਾ ਭਰਾ ਸੀ ਛੋਟਾ? ਹਾਂਜੀ, ਸਾਕਾ ਭਰਾ ਸੀ। ਇਹਦੇ 'ਚ ਅੱਜ ਦੋ ਜਾਣੇ ਸ਼ਮਸ਼ੇਰ ਅਤੇ ਲਵੀਸ਼ ਪੰਡਿਤ ਕਰਕੇ ਇਹਨਾਂ ਦੀ ਆਪਸੀ ਇੱਥੇ ਕੋਈ ਤਕਰਾਰਬਾਜ਼ੀ ਹੋਈ ਆ। ਉਹਦੇ 'ਚ ਜਿਹੜਾ ਸ਼ਮਸ਼ੇਰ ਏਲੀਅਸ ਜੱਟ ਸੀਗਾ, ਉਹਦੀ ਇਹਨੇ ਕੋਈ ਸ਼ਾਰਪ ਵੈਪਨ ਨਾਲ ਲਵੀਸ਼ ਨੇ ਉਹਨੂੰ ਹਿੱਟ ਕੀਤਾ ਅਤੇ ਉਹ 'ਚ ਉਹਦੀ ਡੈਥ ਹੋ ਗਈ ਆ। ਉਹ 'ਚ ਕਾਰਵਾਈ ਕਰ ਰਹੇ ਹਾਂ ਅਤੇ ਸਾਡੀਆਂ ਵੱਖ ਵੱਖ ਟੀਮਾਂ ਇਹ 'ਤੇ ਲੱਗੀਆਂ, ਜਲਦੀ ਇਹਨੂੰ ਅਸੀਂ ਰਾਊਂਡ ਅਪ ਕਰ ਲਾਂਗੇ। ਅਤੇ ਜਿਹੜਾ ਲਵੀਸ਼ ਹੈ ਜੀ, ਇਹ ਮਤਲਬ ਮਾਈਨਰ ਆ ਜੇ? ਇਹਦਾ ਹਾਲੇ ਵੇਅਰ ਅਬਾਊਟਸ ਕਲੀਅਰ ਨਹੀਂ ਹੈਗੇ ਵੀ ਮਾਈਨਰ ਆ ਕਿ ਮੇਜਰ ਆ। ਜਿੱਥੇ ਕੰਮ ਕਰਦਾ ਸੀ ਉੱਥੋਂ ਵੀ ਪਤਾ ਕਰਾਇਆ ਅਤੇ ਬਾਕੀ ਇਹ 'ਤੇ ਟੀਮਾਂ ਸਾਡੀਆਂ ਕੰਮ ਕਰ ਰਹੀਆਂ, ਅਸੀਂ ਜਲਦੀ ਇਹਨੂੰ ਰਾਊਂਡ ਅਪ ਕਰਾਂਗੇ।